ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਹੁਣ ਟਾਈਮ ਈਵਨਿੰਗ ਦਾ ਜੀ, ਸ਼ਾਮ ਦੇ 5 ਕੁ ਵੱਜੇ ਹੋਏ ਨੇ। ਮੈਂ ਮੰਜੇ ਦੀ ਦੌਣ ਕੱਸ ਰਹੀ ਹਾਂ ਅਤੇ ਬੱਚੇ ਵਿਹੜੇ ਦੇ ਵਿੱਚ ਖੇਡ ਰਹੇ ਨੇ। ਪਹਿਲਾਂ ਇਹਨਾਂ ਨਾਲ ਮੈਂ ਥੋੜ੍ਹਾ ਟਾਈਮ ਪੀਚੋ ਖੇਡੀ ਸੀ। ਇਹ ਕਹਿੰਦੇ ਸਾਡੇ ਨਾਲ ਮੰਮਾ ਖੇਡੋ, ਕਿਉਂਕਿ ਜੀ ਬੱਚੇ ਵੀ ਇਕੱਲੇ ਨੇ, ਇਹਨਾਂ ਦਾ ਵੀ ਜੀ ਨਹੀਂ ਲੱਗਦਾ ਹੈਗਾ, ਕਿਉਂਕਿ ਇਹਨਾਂ ਨੇ ਬਾਹਰੇ ਆਉਣਾ ਜਾਣਾ ਹੈ ਨਹੀਂ। ਹੁਣ ਉਂਝੇ ਘਰ ਦੇ ਵਿੱਚ 5 ਹੈਗੇ ਨੇ, ਇਕੱਠੇ ਖੇਡਦੇ ਰਹਿੰਦੇ ਨੇ, ਪਰੰਤੂ ਫਿਰ ਵੀ ਬੱਚਿਆਂ ਨੂੰ ਬਾਹਰ ਜਾ ਬਿਨਾਂ ਸਰਦਾ ਨਹੀਂ ਹੈਗਾ। ਫਿਰ ਥੋੜ੍ਹਾ ਟਾਈਮ ਜਦ ਮੈਨੂੰ ਟਾਈਮ ਲੱਗਦਾ ਮੈਂ ਇਹਨਾਂ ਨਾਲ ਜ਼ਰੂਰ ਖੇਡਦੀ ਹਾਂਗੀ। ਹੁਣ ਇਹਦੇ ਨਾਲ ਮੈਂ ਖੇਡਣ ਤੋਂ ਬਾਅਦ ਮੰਜਾ ਕਸਣ ਲੱਗੀ ਹਾਂ, ਕਿਉਂਕਿ ਦੌਣ ਬਹੁਤ ਜ਼ਿਆਦਾ ਢਿੱਲੀ ਹੋਈ ਪਈ ਸੀ। ਮੰਜਾ ਕਸਣ ਤੋਂ ਬਾਅਦ ਜੀ ਮੈਂ ਨਾਲ ਹੀ ਕੋਈ ਦਾਲ ਸਬਜ਼ੀ ਦੀ ਤਿਆਰੀ ਕਰਦੀ ਹਾਂ, ਕਿਉਂਕਿ ਸਬਜ਼ੀ ਕੋਈ ਵੀ ਹੈ ਨਹੀਂ ਗੀ। ਵੇਖਦੇ ਹਾਂ ਜੀ ਆਪਾਂ ਕਾਹਦੀ ਸਬਜ਼ੀ ਬਣਾਈਏ। ਕੁਛ ਪਕੌੜੇ ਪਏ ਨੇ, ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਪਈਆਂ ਨੇ, ਕੁਛ ਪਿਆਜ਼ ਪਏ ਨੇ, ਆਪਾਂ ਉਹਨਾਂ ਦੀ ਸਬਜ਼ੀ ਬਣਾ ਲਾਂਗੇ ਦੁੱਧ ਪਾ ਕੇ। ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਉਹਨਾਂ ਨੇ ਆਪਾਂ ਤੁਹਾਨੂੰ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੇ। ਜਦੋਂ ਆਪਣੇ ਘਰ ਕੋਈ ਵੀ ਦਾਲ ਸਬਜ਼ੀ ਨਾ ਹੋਵੇ ਨਾ, ਫਿਰ ਇਸ ਤਰ੍ਹਾਂ ਹੀ ਜਿਹੜੀ ਸਬਜ਼ੀ ਆ ਬਣਾਉਣੀ ਪੈਂਦੀ ਹੈਗੀ। ਕੁਛ ਨਾ ਕੁਛ ਇਕੱਠਾ ਕਰਕੇ ਰਸੋਈ ਦਾ ਸਮਾਨ ਇਹ ਸਬਜ਼ੀ ਬਣਾਈ ਜਾਂਦੀ ਹੈ। ਲਓ ਜੀ, ਦੌਣ ਵੀ ਮੈਂ ਕੱਸ ਦਿੱਤੀ ਹੈ ਅਤੇ ਹੁਣ ਮੈਂ ਪਿਆਜ਼ ਲੈ ਕੇ ਆਉਣੀ ਹੈਗੀ ਸਬਜ਼ੀ ਕੱਟਣ ਵਾਸਤੇ। ਹੁਣ ਆਪਾਂ ਪਿਆਜ਼ ਕੱਟਾਂਗੇ। ਉਸ ਤੋਂ ਪਹਿਲਾਂ ਇਹ ਚੈਨਲ 'ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਮੈਂ ਲੈਣ ਜਾ ਰਹੀ ਹਾਂ ਜੀ ਪਿਆਜ਼। ਹੁਣ ਤੁਸੀਂ ਲੋਕਡਾਊਨ ਦੇ ਦੌਰਾਨ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦਿਓ ਜੀ, ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵੀ ਇਹ ਐਕਟੀਵਿਟੀ ਕਰਦੇ ਨੇ, ਖੇਡਦੇ ਨੇ, ਤੁਸੀਂ ਨਾਲ ਖੇਡੋ, ਕਿਉਂਕਿ ਜੀ ਬੱਚਿਆਂ ਦੇ ਨਾਲ ਬੱਚੇ ਬਣਨਾ ਪੈਂਦਾ ਹੈਗਾ, ਫਿਰ ਹੀ ਬੱਚੇ ਪਿਆਰ ਕਰਦੇ ਨੇ। ਬਾਕੀ ਜਿਹੜੀ ਮਾਂ ਹੁੰਦੀ ਹੈ ਜੀ, ਉਹ ਸਾਰੇ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਇੱਕ ਟੀਚਰ ਦਾ ਕਿਰਦਾਰ ਵੀ ਨਿਭਾਉਂਦੀ ਆ, ਮਾਂ ਬਾਪ ਦਾ ਕਿਰਦਾਰ ਵੀ ਨਿਭਾਉਂਦੀ ਹੈ, ਅਤੇ ਇੱਕ ਨਾਲ ਸੱਚੇ ਦੋਸਤ ਦਾ ਕਿਰਦਾਰ ਵੀ ਮਾਂ ਨਿਭਾਉਂਦੀ ਹੈਗੀ। ਮੈਂ ਤਾਂ ਸਾਡੇ ਬੱਚਿਆਂ ਨਾਲ ਬਹੁਤ ਜ਼ਿਆਦਾ ਖੇਡਦੀ ਹਾਂ, ਬਹੁਤ ਮਸਤੀ ਕਰਦੇ ਨੇ ਸਾਰੇ ਬੱਚੇ ਮੇਰੇ ਨਾਲ, ਵਧੀਆ ਲੱਗਦਾ ਮੈਨੂੰ ਤਾਂ ਬੱਚਿਆਂ ਨਾਲ ਬੱਚੇ ਬਣ ਕੇ। ਫਿਰ ਹੀ ਸਾਡੀ ਲਾਈਫ ਹੈ ਜਿਹੜੀ ਵਧੀਆ ਲੰਘਦੀ ਹੈ ਜੀ, ਆਪਾਂ ਬੱਚਿਆਂ ਨਾਲ ਬੱਚੇ ਬਣਾਂਗੇ, ਸਿਆਣਿਆਂ ਨਾਲ ਸਿਆਣੇ ਬਣਾਂਗੇ। ਆਪਣੀ ਲਾਈਫ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਆਪਣੀ ਕੋਈ ਵੀ ਏਜ ਦਾ, ਚਾਹੇ ਆਪਾਂ ਨੂੰ ਜੀ ਕੋਈ ਬਜ਼ੁਰਗ ਮਿਲਦਾ ਜਾਂ ਬੱਚਾ ਮਿਲਦਾ ਜਾਂ ਆਪਣਾ ਕੋਈ ਹਮ ਉਮਰ ਮਿਲਦਾ, ਸਾਨੂੰ ਉਹਨਾਂ ਨਾਲ ਉਸ ਤਰ੍ਹਾਂ ਦਾ ਹੀ ਬਿਹੇਵ ਕਰਨਾ ਚਾਹੀਦਾ। ਜੇ ਬਜ਼ੁਰਗ ਨੇ ਤਾਂ ਬਜ਼ੁਰਗਾਂ ਵਰਗੇ ਬਣ ਜਾਓ, ਜੇ ਬੱਚੇ ਨੇ ਤਾਂ ਬੱਚਿਆਂ ਵਰਗੇ ਬਣ ਜਾਓ, ਜੇ ਆਪਣੀ ਏਜ ਦੇ ਨੇ ਤਾਂ ਉਹਨਾਂ ਵਰਗਾ ਦੋਸਤ ਦੇ ਤੌਰ 'ਤੇ ਉਹਨਾਂ ਨਾਲ ਮਿਲਵਰਤਨ ਕਰੋ, ਫਿਰ ਹੀ ਆਪਾਂ ਨੂੰ ਸਾਰੇ ਪਿਆਰ ਕਰਦੇ ਨੇ। ਜੇ ਉਹਨਾਂ ਵਰਗਾ ਹੀ ਆਪਾਂ ਵਰਤਾਰਾ ਰੱਖਾਂਗੇ, ਉਹਨਾਂ ਵਾਂਗੂ ਹੀ ਬੋਲਚਾਲ ਕਰਾਂਗੇ, ਫਿਰ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਨੇਗੇ। ਇਸ ਤਰ੍ਹਾਂ ਨਹੀਂ ਹੈਗਾ ਵੀ ਬੱਚਿਆਂ ਨਾਲ ਤੁਸੀਂ ਸਿਆਣੇ ਵਾਲੀਆਂ ਗੱਲਾਂ ਕਰੀ ਜਾਓ, ਬੱਚਿਆਂ ਨਾਲ ਤਾਂ ਬੱਚੇ ਹੋਣਾ ਪੈਂਦਾ ਹੈਗਾ। ਲਓ ਜੀ, ਤੁਸੀਂ ਆਪਣਾ ਆਲਾ ਦੁਆਲਾ ਵੇਖੋ, ਬਹੁਤ ਜ਼ਿਆਦਾ ਸਾਫ਼, ਸ਼ੁੱਧ ਹਵਾ, ਸ਼ੁੱਧ ਵਾਤਾਵਰਨ। ਬਾਕੀ ਹੁਣ ਜੀ ਲੋਕਡਾਊਨ ਚੱਲ ਰਿਹਾ, ਇਹਦੇ ਦੌਰਾਨ ਜਿਹੜਾ ਉਂਝ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਘੱਟ ਗਿਆ ਹੈਗਾ, ਕਿਉਂਕਿ ਆਵਾਜਾਈ ਦੇ ਸਾਧਨ ਬਿਲਕੁਲ ਬੰਦ ਹੋ ਗਏ ਨੇ, ਪ੍ਰਦੂਸ਼ਣ ਬਹੁਤ ਜ਼ਿਆਦਾ ਘੱਟ ਗਿਆ। ਪਰਸੋਂ ਨਿਊਜ਼ ਆ ਰਹੀ ਸੀ, ਕਹਿੰਦੇ ਸਵਿਟਜ਼ਰਲੈਂਡ ਅਤੇ ਜਿਹੜੀ ਦਿੱਲੀ ਦੀ ਹਵਾ ਸੇਮ ਹੋ ਗਈ, ਦਿੱਲੀ 'ਚ ਬਹੁਤ ਜ਼ਿਆਦਾ ਪ੍ਰਦੂਸ਼ਣ ਸੀ। ਲਓ ਜੀ, ਹੁਣ ਮੈਂ ਟੱਪੂੰਗੀ ਰੱਸੀ, ਜਾਣੀ ਕਿ ਮੈਂ ਕਰੂੰਗੀ ਸਕਿਪਿੰਗ।
ਬਹੁਤ ਦਿਨ ਹੋ ਗਏ ਮੈਨੂੰ ਰੱਸੀ ਟੱਪੀ ਨੂੰ, ਬਹੁਤ ਦਿਨ ਨਹੀਂ, ਬਹੁਤ ਮਹੀਨੇ ਹੋ ਗਏ, ਕਾਫੀ ਟਾਈਮ ਬਾਅਦ ਮੈਂ ਰੱਸੀ ਟੱਪੂੰਗੀ ਹੁਣ। ਲਓ ਜੀ ਆਪਾਂ ਸਬਜ਼ੀ ਬਣਾ ਰਹੇ, ਤੁਸੀਂ ਸਬਜ਼ੀ ਵੇਖੋ ਕਿਵੇਂ ਬਣਦੀ ਹੈ। ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰ ਲਾਂਗੇ, ਤੇਲ ਰਿਫਾਇੰਡ ਦੇਸੀ ਘੀ ਘੀ ਤੁਸੀਂ ਪਾਉਣਾ ਹੈਗਾ। ਇਹਦੇ ਵਿੱਚ ਆਪਾਂ ਜੀਰਾ ਪਾ ਦਿੱਤਾ ਅਤੇ ਜੀਰਾ ਸਾਡਾ ਥੋੜ੍ਹਾ ਜਿਹਾ ਬਰਾਊਨ ਹੋ ਗਿਆ। ਹੁਣ ਨਾਲ ਹੀ ਆਪਾਂ ਹਰੀ ਮਿਰਚ ਪਾ ਦਾਂਗੇ, ਇਹ ਕੱਟੀ ਹੋਈ। ਇਹ ਮੈਂ ਹਰੀ ਮਿਰਚ ਤਾਂ ਜ਼ਿਆਦਾ ਪਾ ਰਹੀ ਹਾਂ ਜੀ ਕਿਉਂਕਿ ਇਹਦੇ ਵਿੱਚ ਮੈਂ ਲਾਲ ਮਿਰਚ ਨਹੀਂ ਪਾ ਰਹੀ, ਇਸ ਕਰਕੇ ਆਪਾਂ ਹਰੀ ਮਿਰਚ ਦਾ ਜ਼ਿਆਦਾ ਇਸਤੇਮਾਲ ਕਰਾਂਗੇ। ਹਰੀ ਮਿਰਚ ਨੂੰ ਆਪਾਂ 15-20 ਸਕਿੰਟ ਦਾ ਸੇਕ ਲਵਾ ਲਾਂਗੇ। ਇਹਦਾ ਆਪਾਂ ਮਿਰਚਾਂ ਦਾ ਕਲਰ ਚੇਂਜ ਨਹੀਂ ਕਰਦੇ, ਫਿਰ ਸੋਹਣੀਆਂ ਨਹੀਂ ਲੱਗਦੀਆਂ, ਬਸ ਥੋੜ੍ਹਾ ਸੇਕ ਲਵਾ ਲਾਂਗੇ ਤਾਂ ਕਿ ਜਿਹੜਾ ਇਹਦੇ ਮਿਰਚਾਂ ਦੀ ਕੁੜੱਤਣ ਆਂਗੀ ਉਹ ਸਬਜ਼ੀ ਦੇ ਘਿਓ ਦੇ ਵਿੱਚ ਆ ਜਾਏ। ਅਤੇ ਨਾਲ ਹੀ ਆਪਾਂ ਕੱਟੇ ਹੋਏ ਪਿਆਜ਼ ਪਾ ਦਾਂਗੇ ਅਤੇ ਇਹਨਾਂ ਨੂੰ ਆਪਾਂ ਗੋਲਡਨ ਬਰਾਊਨ ਹੋਣ ਤੱਕ ਆਪਾਂ ਪਕਾਉਂਦੇ ਰਹਾਂਗੇ। ਜਦੋਂ ਇਹ ਗੋਲਡਨ ਬਰਾਊਨ ਹੋ ਗਏ ਫਿਰ ਆਪਾਂ ਇਹਦੇ ਵਿੱਚ ਲੂਣ ਅਤੇ ਹਲਦੀ ਪਾਵਾਂਗੇ। ਕੱਢੋ ਜੀ ਕੱਢੋ, ਤੁਹਾਡੇ ਪਨੀਰ ਦੀ ਵੀਡੀਓ ਪਾਉਣੀ ਆ ਗਈ। ਜਿਹੜੇ ਪਿਆਜ਼ ਨੇ ਗੋਲਡਨ ਬਰਾਊਨ ਹੋ ਗਏ ਨੇ, ਹੁਣ ਆਪਾਂ ਇਹਦੇ ਵਿੱਚ ਲੂਣ ਅਤੇ ਹਲਦੀ ਪਾ ਦਾਂਗੇ। ਬਿਲਕੁਲ ਆਪਾਂ ਜ਼ਿਆਦਾ ਵੀ ਨਹੀਂ ਮਚਾਉਣਾ ਇਹਨਾਂ ਨੂੰ ਕਿਉਂਕਿ ਫਿਰ ਆਪਾਂ ਥੋੜ੍ਹਾ ਟਾਈਮ ਇਹਨੂੰ ਪਾਣੀ ਪਾ ਕੇ ਉਹਦੇ ਵਿੱਚ ਵੀ ਪਕਾਵਾਂਗੇ। ਜੇ ਤੁਸੀਂ ਜ਼ਿਆਦਾ ਰਾੜਦੇ ਨਾ ਫਿਰ ਜਿਹੜਾ ਪਿਆਜ਼ ਦਾ ਸਵਾਦ ਹੁੰਦਾ ਹੈਗਾ, ਥੋੜ੍ਹੀ ਜਿਹੀ ਮਿਠਾਸ ਹੁੰਦੀ ਹੈਗੀ, ਉਹ ਮਰ ਜਾਂਦੀ ਹੈਗੀ। ਜਦੋਂ ਵੀ ਤੁਸੀਂ ਇਹ ਸਬਜ਼ੀ ਬਣਾਉਣੀ ਹੈਗੀ ਤੁਸੀਂ ਪਿਆਜ਼ ਨੂੰ ਜ਼ਿਆਦਾ ਨਹੀਂ ਰਾੜਨਾ ਹੈਗਾ, ਨਹੀਂ ਜਿਹੜੀ ਪਿਆਜ਼ ਦੇ ਵਿੱਚ ਨੈਚੁਰਲ ਮਿਠਾਸ ਹੁੰਦੀ ਹੈ ਉਹ ਖਤਮ ਹੋ ਜਾਂਦੀ ਆ। ਹੁਣ ਆਪਾਂ ਲੂਣ ਅਤੇ ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦਾਂਗੇ ਅਤੇ ਇਹਨੂੰ ਆਪਾਂ ਪਿਆਜ਼ ਨੂੰ ਸੌਫਟ ਹੋਣ ਤੱਕ ਪੱਕਣ ਦੇਵਾਂਗੇ। ਫਿਰ ਨਾਲ ਹੀ ਆਪਾਂ ਜਿਹੜੇ ਭਿਉਂ ਕੇ ਰੱਖੇ ਨੇ ਇਹਦੇ ਵਿੱਚ ਪਕੌੜੇ ਉਹ ਪਾ ਦਾਂਗੇ। ਜੇ ਤੁਸੀਂ ਪਕੌੜੇ ਨਹੀਂ ਪਾਉਣੇ ਤਾਂ ਤੁਸੀਂ ਨਾ ਪਾਓ, ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਕੱਲੀ ਹਰੀ ਮਿਰਚ ਅਤੇ ਪਿਆਜ਼ ਦੀ। ਇਹ ਘਰ ਦੇ ਵਿੱਚ ਹੁਣ ਟਮਾਟਰ ਨਹੀਂ ਹੈਗੇ ਸੀ ਜੀ, ਮੈਂ ਤਾਂ ਕਰਕੇ ਦੁੱਧ ਵਾਲੀ ਸਬਜ਼ੀ ਬਣਾ ਰਹੀ ਹਾਂ। ਉਂਝ ਜਦੋਂ ਟਮਾਟਰ ਹੁੰਦੇ ਨੇ ਫਿਰ ਪਕੌੜਿਆਂ ਵਾਲੀ ਸਬਜ਼ੀ ਬਿਨਾਂ ਦੁੱਧ ਤੋਂ ਹੀ ਬਣਦੀ ਹੈ, ਟਮਾਟਰ ਪਾ ਕੇ ਚੰਗੀ ਤਰ੍ਹਾਂ ਉਹਦੀ ਤਰੀ ਵਾਲੀ ਸਬਜ਼ੀ ਬਣਦੀ ਹੈ, ਪਰੰਤੂ ਹੁਣ ਟਮਾਟਰ ਨਹੀਂ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਬਜ਼ੀਆਂ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲਦੀਆਂ ਨੇ। ਅਤੇ ਨਾਲ ਹੀ ਇਹ ਜਿਹੜੇ ਮੈਂ ਭਿਉਂ ਕੇ ਰੱਖੇ ਨੇ ਪਕੌੜੇ ਇਹ ਪਾ ਦੂੰਗੀ ਅਤੇ ਆਪਾਂ ਇਹਨੂੰ ਢੱਕ ਕੇ ਹੁਣ ਚੰਗੀ ਤਰ੍ਹਾਂ ਪੱਕਣ ਦੇਵਾਂਗੇ ਅਤੇ ਹਿਸਾਬ ਦੇ ਨਾਲ ਆਪਾਂ ਪਾਣੀ ਪਾ ਦਾਂਗੇ ਜਿੰਨਾ ਆਪਾਂ ਨੂੰ ਚਾਹੀਦੇ ਆ। ਇਹ ਪਾਣੀ ਵੀ ਆਪਾਂ ਸਾਰਾ ਖਪਤ ਕਰਨਾ ਗਾ ਚੰਗੀ ਤਰ੍ਹਾਂ, ਉਨਾ ਕੁ ਪਾਣੀ ਪਾਉਣਾ ਜਿਹਦੇ ਵਿੱਚ ਇਹ ਆਪਣੀ ਜਿਹੜੀ ਚੰਗੀ ਤਰ੍ਹਾਂ ਸਬਜ਼ੀ ਬਣ ਜਾਏ। ਦੁੱਧ ਪਾਉਣ ਵੇਲੇ ਪਾਣੀ ਖਪਤ ਕਰਨਾ ਆਪਾਂ ਸਾਰਾ। ਹੋਰ
देखो सही बात पे गुस्सा आता है जी मेरे बच्चा ना। लो जी अपनी सब्जी पक गई है, ये पानी भी हूँ ज़्यादा नहीं है, बिल्कुल हल्का जहा पानी से। हूँ आप दुध पा देंगे, ये दुध के उपर क्रीम आई हुई सी, मैं उपरों उपर इस तरह ही पा लिया सारा। जिनी तुसी थिक सब्जी रखनी उस हिसाब के नाल पा लियो। तो हूँ आप दुध नू उबाली आने तक इनू पकावांगे। दुध नू उबाली आ गई बस अपनी सब्जी तैयार है, बिल्कुल थले उतार लाँगे। फिर तो सब्जी मैं थले उतार ली है बना के, तो नाल ही मैं रोटी बनाने लग गई हाँ। उंजी तो जल्दी हुई दिन खड़ा है, अजे रोटी का टाइम नहीं, थोड़ा जहा अद्धा घंटा सनी है, परंतु जी फिर जी अज दोपहरे रोटी नहीं खाधी, हूँ सारे कही जाते हैं भुख लगी है, फिर टाइम सिर खा जाएंगे। अद्धा घंटा पहला ज अद्धा घंटा वागरों कोई फर्क नहीं पैंता। चलो जी आप रोटी बना लें।
लो जी मैं सारी रोटियां बना लिया ने, मास्टर जी ने रोटी खा ली है तो बच्चे खान बैठ गए ने, तो मैं इतों चक दिनी हाँ समान, तो आप वीडियो का एंड कर इत ही कर दें। चलो जी फिर अज की वीडियो इन्ना ही मिलते हैं, फिर कल किसी होर वीडियो के नाल, तद तक दे सत श्री अकाल। मेरा वसदा रहे पंजाब, खुश रहो, आबाद रहो, हसते रहो, वसते रहो।